ਸਲਾਮ ਅਲੈਕੁਮ ਮੀਦਾਈ ਸਾਰੇ ਦੋਸਤ ਠੀਕ ਹੋਣਗੇ ਸਿਹਤ ਵੀ ਠੀਕ ਹੋਏਗੀ ਮੱਕਈ ਦੇ ਮਤਲਬ ਗੱਲ ਕਰਦੇ ਆ ਕਿ ਮੱਕਈ ਦੀ ਮਾਰਕੀਟ ਜੋ ਹੈ ਬੇਤਰੀ ਤਰਫ ਗਾਮ ਜ਼ਨਾ ਅਗਰ ਦੇਖਿਆ ਜਾਵੇ ਪਿਛਲੇ ਦਿਨਾਂ ਦੇ ਵਿੱਚ ਮੱਕਈ ਦੀ ਈ ਆਮਦਨ ਸੀ ਹੈਗੀ ਮੰਡੀਆਂ ਦੇ ਵਿੱਚ ਲੇਕਿਨ ਜਿਸ ਤਰ੍ਹਾਂ ਇਹ ਮੌਸਮ ਖੁੱਲਿਆ ਤੂਪ ਨਿਕਣ ਲੱਗੀ ਤਿੰਨ ਚਾਰ ਦਿਨ ਦੇ ਵਿੱਚ ਇਸ ਦਾ ਰਸ ਪਿਆ ਕਿ ਗੱਲ ਸਮਝੋ ਹੀ ਬਾਹਰ ਆ ਕਿ ਮੱਕਈ ਕਿੱਥੋਂ ਇੰਨੀ ਆ ਰਹੀ ਆ ਲੋਕ ਕਹਿੰਦੇ ਸੀਗੇ ਕਿ ਕਾਸ਼ਤ ਘਟਾ ਲੇਕਿਨ ਫਿਲਹਾਲ ਮਕਈ ਦੀ ਆਮਦਨ ਬਹੁਤ ਜ਼ਿਆਦਾ ਵਾ ਮੰਡੀਆਂ ਦੇ ਵਿੱਚ ਮਕਈ ਦਾ ਰਸ਼ ਪੈ ਗਿਆ ਕਰੀ ਦਾ ਸਟਾਕੀਆ ਵੀ ਮਾਰਕੀਟ ਦੇ ਵਿੱਚ ਇੰਟਰ ਹੋ ਗਿਆ ਵਾ ਤੇ ਸਟਾਕੀਆ ਦੇ ਹਿਸਾਬ ਨਾਲ ਇੰਟਰ ਹੋਇਆ ਮਕਈ ਦਾ ਰੇਟ 1900 1950 2000 ਰੁਪਏ ਤੱਕ ਹੈ ਸੀ ਕੈਸ਼ ਦਾ ਜੋ 100 150 ਰੁਪਏ ਸਟਾਕੀ ਦੀ ਵਜ੍ਹਾ ਤੋਂ ਰੇਟ ਵਧ ਗਿਆ ਵਾ ਜਿਹੜੇ ਸੁੱਕੇ ਮਾਲ ਅੱਛੇ ਰੰਗਤ ਵਾਲੇ ਮਾਲ ਆ ਉਹ ਸਟਾਕੀਆ ਫਿਲਹਾਲ ਖਰੀਦ ਰਹੀ ਕਰ ਰਿਹਾ ਵਾ ਤੇ ਇੱਕ ਤਾਂ ਮੈਂ ਹੋਰ ਗੱਲ ਦੱਸ ਦਵਾਂ ਕਿ ਸਟਾਕੀਆ ਐਡਾ ਇੰਟਰਸਟ ਨਹੀਂ ਹੈ ਕਿ ਮੁਕਈ ਦਾ ਰੇਟ ਹੁਣ ਅਗਰ 21 2100 ਨੂੰ ਖਰੀਦਦਾਰੀ ਕਰ ਰਿਹਾ ਵਾ ਕਿ ਉਹਦਾ ਰੇਟ 27 2800 ਬਣ ਜਾਏਗਾ 25 2600 ਬਣ ਗਿਆ ਫਿਰ ਹੀ ਸੇਲ ਕਰੇਗਾ ਅਗਰ ਜਿ세 ਨੇ 100 150 ਰੁਪਏ ਸਟਾਕ ਕੀ ਇਹਨੂੰ ਬਚਦਾ ਹੋਇਆ ਸਟਾਕ ਹੀ ਉਸ ਦਿਨ ਆਪਣਾ ਮਾਲ ਸੇਲ ਕਰ ਦੇਣਾ ਕਿਉਂਕਿ ਅਗਰ ਦੋ ਸਾਲਾਂ ਦੇ ਵਿੱਚ ਪਿਛਲੇ ਦੇਖਿਆ ਜਾਵੇ ਤੇ ਮੁਕਈ ਦੇ ਵਿੱਚ ਸਟਾਕ ਕੀ ਇਹਨੇ ਮਜ਼ੀਦ ਨੁਕਸਾਨ ਉਠਾਇਆ ਵਾ ਤੇ ਐਂਦਾ ਅਗਰ ਨੁਕਸਾਨ ਹੋਇਆ ਤੇ ਸਟਾਕ ਹੀ ਮਜ਼ੀਦ ਨੁਕਸਾਨ ਬਰਦਾਸ਼ਤ ਨਹੀਂ ਕਰ ਸਕੇਗਾ ਕਿਉਂਕਿ ਪਿਛਲੇ ਚੰਨ ਦਿਨ ਪਹਿਲਾਂ ਕੁਝ ਮਹੀਨੇ ਪਹਿਲਾਂ ਸਟਾਕ ਇਹਨਾਂ ਸਰੋਂ ਦੇ ਵਿੱਚ ਨੁਕਸਾਨ ਕੀਤਾ ਉਸ ਤੋਂ ਬਾਅਦ ਮੱਕਈ ਉਸ ਤੋਂ ਪਹਿਲਾਂ ਮੱਕਈ ਦੇ ਵਿੱਚ ਵੀ ਨੁਕਸਾਨ ਕੀਤਾ ਤੇ ਹੁਣ ਤੀਸਰੀ ਫਸਲ ਦੇ ਵਿੱਚ ਜਿਹੜਾ ਮੱਕਈ ਦੁਬਾਰਾ ਖਰੀਦਦਾਰੀ ਕਰ ਰਿਹਾ ਵਾ ਇਹ ਸੋਚ ਤੇ ਕਰ ਰਿਹਾ ਅਗਰ 100-150 ਰੁਪਏ ਕਿਸਾਨ ਉਹਨੂੰ ਬਚਿਆ ਸਟਾਕ ਇਹਨੂੰ ਤੇ ਉਹਨੇ ਸੇਲ ਕਰ ਦੇਣੀ ਆ ਤੇ ਅਗਰ ਹਾਜ਼ਰ ਮੱਕਈ ਦੀ ਗੱਲ ਕੀਤੀ ਜਾਵੇ ਤਕਰੀਬਨ 1600 ਰੁਪਏ ਤੋਂ ਲੈ ਕੇ 2200 ਰੁਪਏ ਤੱਕ ਮਾਰਕੀਟ ਹੈਗੀ ਆ ਮੱਕਈ ਦੀ 21-2100 ਰੁਪਏ ਕੈਸ਼ ਆ 2200 ਰੁਪਏ ਦਾ ਰੂਟੀਨ ਤੱਕ ਮਾਰਕੀਟ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ شدید ਸਰਦੀ ਦੇ ਵਿੱਚ ਧੁੱਪਾਂ ਨਹੀਂ ਸੀ ਨਿਕਲਦੀਆਂ ਪਈਆਂ ਜਿਹਦੇ ਵਿੱਚ ਤੋਂ ਮੱਕਈ ਜੋ ਆ ਰਹੀ ਸੀ ਉਹਦਾ ਮਾਸਟਰ ਜ਼ਿਆਦਾ ਸੀਗਾ ਸਟਾਕ ਜਾਂ ਨਹੀਂ ਸੀ ਲੈ ਰਿਆ ਤੇ ਰੇਟ ਵੀ ਉਹਦਾ ਡਾਊਨ ਸੀਗਾ ਕਿਉਂਕਿ ਮਾਸਟਰ ਜ਼ਿਆਦਾ ਸੀ ਤੇ ਰੇਟ ਡਾਊਨ ਹੋ ਆਟੋਮੈਟਿਕ ਹੀ ਹੋਣਾ ਸੀਗਾ ਉਹਦਾ 1600 ਰੁਪਏ ਤੋਂ ਲੈ ਕੇ ਤਕਰੀਬਨ 1900 ਰੁਪਏ ਦਾ 1900 ਰੁਪਏ ਤੱਕ ਹੈ ਸੀ ਰੇਟ ਹੁਣ ਦਿਨ ਖੁੱਲੇ ਧੁੱਪਾਂ ਲੱਗਣ ਲੱਗੀਆਂ ਤਿੰਨ ਚਾਰ ਦੇ ਵਿੱਚ ਦਿਨਾਂ ਦੇ ਵਿੱਚ ਰਸ਼ ਪਿਆ ਗਿਆ ਮੰਡੀ ਦੇ ਵਿੱਚ ਤੇ ਹੁਣ ਮਾਰਕੀਟ ਜਿਹੜਾ ਵਾ ਬਿਹਤਰੀ ਹੋ ਗਈ ਆ ਤੇ ਕੁਝ ਮਿਲਣਾ ਹੈ ਵਾ ਜਿਹਨਾਂ ਰੇਟ ਵੀ ਤੇਜ਼ੀ ਕੀਤੀ ਆ ਕਲਾਸਟਾਕੀ ਨੇ ਰੇਟ ਨਹੀਂ ਵਧਾਇਆ 100 150 ਰੁਪਏ ਬਲਕਿ ਕੁਛ ਮਿਲਣਾ ਵੀ ਹੈਗੀਆਂ ਵਾ ਐਸੀਆਂ ਜਿਨ੍ਹਾਂ ਨੇ ਰੇਟ ਵਧਾਏ ਆ ਜਿਹਦੇ ਵਾਸਤੇ ਤੋਂ ਮਾਰਕੀਟ ਕੁਛ ਬਿਹਤਰ ਆ ਲੇਕਿਨ ਇਨ੍ਹਾਂ ਰੇਟਾਂ ਦੇ ਵਿੱਚ ਵੇਚ ਕੇ ਵੀ ਕਿਸਾਨ ਜਿਹੜਾ ਵਾ ਨਾ ਖੁਸ਼ ਆ ਕਿਉਂਕਿ 15 15000 ਰੁਪਏ ਤੱਕ ਉਹਨਾਂ ਨੇ ਡੀਏਪੀ ਦੀ ਖਰੀਦਾਰੀ ਕੀਤੀ ਯੂਰੀਆ ਮਹਿੰਗੀ ਖਰੀਦਾਰੀ ਕੀਤੀ ਬਲੈਕ ਦੇ ਵਿੱਚ ਯੂਰੀਆ ਫਰੀਦ ਕੇ ਬਲੈਕ ਦੇ ਵਿੱਚ ਯੂਰੀਆ ਦੀ ਖਰੀਦਾਰੀ ਕਰਕੇ ਫਸਲ ਪਾਲੀਆ ਜ਼ਿਮੀਦਾਰ ਨੇ ਤੇ ਇਸ ਟਾਈਮ ਇਨ੍ਹਾਂ ਰੇਟਾਂ ਦੇ ਵਿੱਚ ਸੇਲ ਕਰਕੇ ਵੀ ਠੇਕੇ ਵੀ ਨਹੀਂ ਪੂਰੇ ਹੁੰਦੇ लिहाजा किसान ने आदि जरुरत पूरी करने वास्तव माल सेल करके आज जरूरत पूरी करनी तो है फिर असला सारे दोस्त ठीक होगी